ਜੋ ਲੋਹ ਦੇ ਵਿੱਚ ਢੁੱਕੇ ਪਏ ਆ ਮਹਾਰਾਜ ਕਹਿੰਦੇ ਸੱਜਣੋ ਜੋ ਗੁਰੂ ਦੀ ਸ਼ਰਨ ਚ ਆ ਜਾਈਏ ਨਾ ਫਿਰ ਬਖਸ਼ਿਸ਼ਾਂ ਮਿਲਦਾ। ਇਸ ਲਈ ਆਪਾਂ ਸਾਰੇ ਹੀ ਭਾਗਾਂ ਵਾਲੇ ਆ ਤੇ ਗੁਰੂ ਮਹਾਰਾਜ ਦੇ ਸ਼ਬਦ ਨੂੰ ਸਮਰਪਿਤ ਜ਼ਰੂਰ ਰਿਹਾ ਕਰੋ। ਅਸਲੀਅਤ ਗੁਰੂ ਦਾ ਜਿਹੜਾ ਸਰੂਪ ਆ ਨਾ ਸ਼ਬਦ ਆ। ਅੱਜ ਸਰੀਰ ਹੈ ਬਦਲੀ ਜਾਂਦੇ ਆ, ਸਾਰੀ ਦੁਨੀਆਂ ਬਦਲਦੀ ਆ। ਜੇ ਆਪਾਂ ਪਿੱਛੇ ਨੂੰ ਝਾਤੀ ਮਾਰ ਗਏ, ਸਵਾਮੀ ਨਿਤ ਸਿੰਘ ਮਹਾਰਾਜ ਬੜੇ ਸੇਵਾਦਾਰ ਸੀਗੇ ਜਿਹੜੇ ਹੁਣ ਨਜ਼ਰੀ ਨਹੀਂ ਆਉਂਦੇ ਗੇ। ਸਵਾਮੀ ਦਰਬਾਰਾ ਸਿੰਘ ਮਹਾਰਾਜ ਬੜੇ ਪਤਾ ਨੀ ਕਿੰਨੇ ਸੇਵਾਦਾਰ ਸੀਗੇ ਹੈਗੇ ਆ, ਕਿੰਨੇ ਚਲੇ ਨੀ ਗਏ, ਬਦਲ ਗਏ, ਸਰੀਰ ਹੀ ਬਦਲ ਗਏ, ਰੂਪ ਬਦਲ ਗਏ ਉਹਨਾਂ ਦੇ। ਅੱਜ ਸਵਾਮੀ ਜੋੜਾ ਸਿੰਘ ਜੀ ਮਹਾਰਾਜ, ਦਰਬਾਰਾ ਸਿੰਘ ਜੀ ਮਹਾਰਾਜ ਉਹਨਾਂ ਦੇ ਸਮੇਂ ਤੋਂ ਸੰਗਠਨੀਆਂ, ਇਹ ਆਈ ਹੈ। ਸਰੀਰ ਬਦਲੀ ਜਾਂਦੇ ਆ, ਸੰਗਤ ਇੱਕੋ ਰੂਪ ਹੈ, ਸੰਗਤ ਉਹੀ ਹੈ, ਸੰਗਤ ਵਿੱਚ ਕੋਈ ਅੰਤਰ ਨਹੀਂ, ਗੁਰੂ ਦਾ ਕੋਈ ਅੰਤਰ ਨਹੀਂ। ਇਸ ਲਈ ਸ਼ਬਦ ਸਭ ਤੋਂ ਵੱਡਾ ਗੁਰੂ ਹੈ ਸ਼ਬਦ। ਫਿਰ ਉਹ ਸਾਰਿਆਂ ਨੂੰ ਮਾਰੇ ਨੇ ਆਪਾਂ ਨੂੰ ਸ਼ਬਦ ਦਿੱਤਾ, ਪਰ ਸਾਰਿਆਂ ਨੂੰ ਦਿੱਤਾ ਵਾ ਸ਼ਬਦ ਨੂੰ ਸਮਰਪਿਤ ਰਹੋ। ਨਾ ਤਾਂ ਗੁਰੂ ਦਾ ਘਰ ਛੱਡੋ ਤੇ ਨਾ ਕਿਸੇ ਬਾਹਲਾ ਬੰਦੇ ਤੇ ਨਿਰਭਰ ਰਹੋ ਸ਼ਬਦ ਤੇ। ਕਈ ਲੋਕ ਬੰਦਿਆਂ ਨਾਲ ਜੁੜ ਜਾਂਦੇ ਆ, ਜਦੋਂ ਸਰੀਰ ਬਦਲ ਜਾਂਦਾ ਵਾ ਫਿਰ ਉਹ ਬਦਲ ਜਾਂਦੇ ਆ, ਕਿਉਂਕਿ ਕੁਦਰਤ ਦੀ ਇੱਕ ਕਾਦਰ ਦੀ ਰਚਨਾ ਵਾ, ਮਹਾਰਾਜ ਦੀ ਰਚਨਾ ਬਦਲੀ ਜਾਂਦਾ, ਸਿਸਟਮ ਬਦਲਦਾ ਵਾ, ਸਮਾਂ ਵਾ। ਹਰ ਜੀਵ ਨੂੰ ਸਮਾਂ ਦਿੱਤਾ ਮਹਾਰਾਜ ਨੇ, ਮਨੁੱਖ ਨੂੰ ਸਮਾਂ ਦਿੱਤਾ। ਤੇ ਮੈਂ ਦੋ ਟੱਪੇ ਸ਼ਬਦ ਕਹਿੰਦੇ ਆ, ਸਿਰਫ ਦੋ ਟੱਪੇ, ਕਿਉਂਕਿ ਬਾਹਰ ਮੌਸਮ ਦੀ ਵੀ ਹੈ, ਉਹ ਤਾਂ ਆਪਾਂ ਖੇਤੀਬਾੜੀ ਵਾਲੇ ਆਪਾਂ ਨੂੰ ਤਾਂ ਵਧੀਆ ਹੀ ਲੱਗਦਾ ਵਾ, ਮੀਂਹ ਪੈਂਦਾ ਵਾ, ਕਿਉਂਕਿ ਕਲਯੁਗ ਦਾ ਇਨਸਾਨ ਤੇ ਕਲਯੁਗ ਦੀਆਂ ਫਸਲਾਂ ਇੱਕੋ ਜਿਹੀਆਂ ਹੈ। ਜਿਵੇਂ ਝੋਨਾ ਪਾਣੀ ਤੋਂ ਬਿਨਾਂ ਖਰਾਬ ਹੋ ਜਾਂਦਾ, ਮਨੁੱਖ ਪਾਣੀ ਤੋਂ ਬਿਨਾਂ ਖਰਾਬ ਹੋ ਜਾਂਦਾ। ਜੇ ਝੋਨੇ ਨੂੰ ਸਮੇਂ ਨਾਲ ਪਾਣੀ ਨਾ ਲੱਗੇ ਉਹ ਸੜ ਜਾਂਦਾ, ਜੇ ਮਨੁੱਖ ਨੂੰ ਸਮੇਂ ਨਾਲ ਬਾਣੀ ਨਾਲ ਨਾ ਜੁੜੇ ਉਹ ਸੜ ਜਾਂਦਾ। ਇਹ ਦੋਨੋਂ ਚੀਜ਼ਾਂ ਸਾਨੂੰ ਚਾਹੀਦੀਆਂ, ਝੋਨੇ ਲਈ ਫਸਲ ਲਈ ਪਾਣੀ ਚਾਹੀਦਾ ਤੇ ਸਾਡੇ ਜੀਵਨ ਲਈ ਗੁਰੂ ਦੀ ਬਾਣੀ ਚਾਹੀਦੀ ਹੈ। ਨਾ ਪਾਣੀ ਕਿਤੇ ਜਾਂਦਾ ਨਾ ਬਾਣੀ ਕਿਤੇ ਜਾਂਦੀ ਹੈ, ਬਸ ਫਸਲਾਂ ਵੀ ਬਦਲੀ ਜਾਂਦੀਆਂ, ਮਨੁੱਖ ਵੀ ਬਦਲੀ ਜਾਂਦੇ ਆ। ਬਾਣੀ ਨਾਲ ਜੁੜ ਜੁੜ ਕੇ ਲੋਕ ਮਾਲਕ ਨਾਲ ਮਿਲੀ ਜਾਂਦੇ ਆ, ਪਾਣੀ ਧਰਤੀ ਨਾਲ ਮਿਲੀ ਜਾਂਦਾ, ਧਰਤੀ ਥੱਲੇ ਫੇਰ ਪਾਣੀ ਹੈ। ਇਸ ਲਈ ਇਹ ਜੀਵਨ ਹੈ। ਹੁਣ ਮੈਂ ਜੇ ਪਾਣੀ ਧਰਤੀ
ਹਵਾ, ਅੱਗ, ਆਕਾਸ਼, ਇਹ ਪੰਜ ਤੱਤ ਸਾਡੇ ਸਰੀਰ ਦੇ ਹੈ। ਜਿਹਨੂੰ ਵਿਆਖਣਾ ਹੋਵੇ, ਵਿਆਖਿਆ ਕਰਨੀ ਹੋਵੇ, ਗੁਰੂ ਮਹਾਰਾਜ ਨੇ ਵੀ ਵਿਆਖਿਆ ਬਹੁਤ ਵੱਡੀ ਕਰੀ ਆ। ਆਪਾਂ ਲੁਧਿਆਣੇ ਦੀਵਾਨ ਹੁੰਦੇ ਆ, ਦੀਵਾਨਾਂ ਵਿੱਚ ਦੇਖਾਂਗੇ ਜੇ ਗੁਰੂ ਨੇ ਕਿਰਪਾ ਕਰੀ, ਕਿਉਂਕਿ ਮਰਜ਼ੀ ਨਾਲ ਨਹੀਂ ਬੋਲਿਆ ਜਾਂਦਾ। ਜਿਵੇਂ ਬਨਾਮ ਹੈ ਬੋਲੀਏ, ਤੇਰੇ ਬਸ ਭਗਵਾਨ, ਦੇਹੋ ਉਸ ਸਥਿਤੀ ਆਪਣੀ ਹੋ ਕੇ ਦੇ ਦਿਆ। ਜਿਵੇਂ ਵੀ ਬੋਲੀਏ, ਬਸ ਬੋਲੀ ਤੇਰੇ ਬੋਲੀ। ਸੋ ਇੱਕ ਟੱਪਾ ਕਹਿਣਾ ਜਿਹੜਾ ਗੁਰੂ ਨੂੰ ਮਿਲ ਗਿਆ। ਕਿਵੇਂ ਮਿਲਿਆ? ਇੱਕ ਕਹਿਣਾ ਵੀ ਜੇ ਗੁਰੂ ਤੋਂ ਦੂਰ ਹੋ ਗਿਆ ਤੇ ਸਿੱਧਣੋ ਦੂਰ ਹੋਏ ਤੋਂ ਸਰਨਾ ਨਹੀਂ। ਵੈਸੇ ਦੋਨਾਂ ਪੱਖਾਂ ਦਾ ਇੱਕ ਇੱਕ ਫਕਰਾ ਬੋਲਾਂਗੇ ਤੇ ਬੋਲਾਂਗੇ ਸਾਰੇ ਜਾਣੇ। ਤਿੰਨਾਂ ਪੱਖਾਂ ਚ ਹੀ, ਇੱਕ ਪਾਸੇ ਦਾਸ, ਇੱਕ ਪਾਸੇ ਬਜ਼ੁਰਗ ਵੀਰ ਭਰਾ ਨੌਜਵਾਨ ਬੱਚੇ, ਇੱਕ ਪਾਸੇ ਮਾਤਾ ਬਹਿਣਾ, ਲੜਕੀਆਂ ਬੱਚੀਆਂ, ਸਾਰੀ ਗੁਰਸੰਗ। ਤੇ ਦੋ ਬੰਦ ਬੋਲਾਂਗੇ ਤੇ ਸਾਰੇ ਰਸ਼ਮਾਂ ਮਸਾ ਮਿਲਿਆ ਤੇਰੀ ਤਿੰਨ ਪਿਆਰਾ ਤੀਰਥ ਪੇਨ ਪੇਨ ਕੇ ਮਸਾ ਮਿਲਿਆ ਤੇਰੀ ਤਿੰਨ ਪਿਆਰਾ ਤੀਰਥ ਪੇਨ ਪੇਨ ਕੇ ਕਰ ਬਹੁਤ ਆ ਜੀਵ ਆਪਾਂ
ਭੁਗਤਾਂ ਅਸੀਂ ਉਹ ਚੀਜ਼ਾਂ ਵੀ ਜਾਂਦੇ ਹਾਂ ਜਿਹੜੀਆਂ ਜਮਾਂ ਅੱਖਾਂ ਦੇ ਸਾਹਮਣੇ ਹੁੰਦੀਆਂ। ਉਹ ਗੁਰਬਾਣੀ ਕਹਿੰਦੀ ਵੀ ਜ਼ਿਆਦਾ ਪਿਆਰ ਉਹਨਾਂ ਨਾਲ ਹੁੰਦਾ ਮਨੁੱਖ ਦਾ ਜਿਹੜੀਆਂ ਅੱਖਾਂ ਦੇ ਸਾਹਮਣੇ ਦੇਖਦੀਆਂ, ਪਰ ਵੇਖੋ ਇੱਡਾ ਕੁ ਕੜਾ ਮਨੁੱਖ ਅੱਖਾਂ ਦੇ ਸਾਹਮਣੇ ਵਾਲੀ ਚੀਜ਼ ਵੀ ਭੁੱਲ ਜਾਂਦਾ। ਅੱਖਾਂ ਦੇ ਸਾਹਮਣੇ ਕੀ ਹੁੰਦਾ ਕੜਾ? ਐਨਕ। ਕਈ ਵਾਰੀ ਅੱਖਾਂ ਤੇ ਲੱਗੀ ਹੋਈ ਐਨਕ ਭੁੱਲ ਜਾਂਦਾ, ਜਿਹੜੀ ਲੱਗੀ ਹੁੰਦੀ ਆ ਉਹਦੇ ਵਿੱਚ ਦੀ ਦੇਖ ਲੈਂਦਾ, ਪਰ ਭਾਲਦਾ ਫਿਰਦਾ ਮੇਰੀ ਕਿੱਧਰ ਗਈ। ਤੇ ਫਿਰ ਜਿਹਨੂੰ ਸਾਹਮਣੇ ਵਾਲੇ ਨੂੰ ਦੀਦੀ ਹੁੰਦੀ ਆ ਉਹ ਕਹਿੰਦਾ ਗਲੀ ਕਹਿੰਦੇ ਵੀ ਤੇਰੇ ਕੋਲੇ ਅੱਖਾਂ ਤੇ ਹੱਥ ਲਾ ਕੇ ਦੇ। ਫਿਰ ਹੱਥ ਲਾਉਣ ਦੀ ਤਾਂ ਲੋੜ ਨੀ ਹੁੰਦੀ, ਜਦੋਂ ਕਿਸੇ ਨੇ ਯਾਦ ਕਰਾ ਤਾਂ ਤੇ ਉਹਨੂੰ ਦਿਸ ਜਾਂਦੀ ਹੈ ਤੇ ਅੱਖਾਂ ਸਾਹਮਣੇ ਨੀ ਦਿੰਦੀ ਕਿ। ਤੇ ਉਹ ਬੰਦਾ ਨੱਕ ਰੱਖਦਾ ਰੱਖਦਾ ਰਗੜੇ ਝਗੜੇ ਬਹੁਤ ਪਾਉਂਦਾ ਗਾ, ਪਰ ਨੱਕ ਤੇ ਵੀ ਪਈ ਹੁੰਦੀ ਆ ਉਹ। ਕੰਨਾਂ ਨਾਲ ਸੁਣਦਾ ਕੰਨਾਂ ਤੇ ਵੀ ਟੰਗੀ ਹੁੰਦੀ ਹੈ, ਨਾ ਅੱਖਾਂ ਨਾਲ ਦਿੰਦੀ ਆ ਨਾ ਨੱਕ ਤੇ ਰੜਕਦੀ ਨਾ ਅੱਖ ਨੂੰ ਬੋਲਦੀ ਆ, ਬੇਰੂ ਇੰਨਾ ਭੜਕਣ ਆ ਜੀ। ਤੇ ਗੁਰੂ ਜੀ ਕਹਿੰਦੇ ਜਿੱਥੇ ਮਰਜ਼ੀ ਭੱਜ ਲਾ ਭੱਜਿਆ ਨਹੀਂ ਜਾਣਾ, ਤੈਨੂੰ ਗੁਰੂ ਦੇ ਦਰ ਤੇ ਆਉਣਾ ਹੀ ਪੈਣਾ। ਇਸ ਲਈ ਇਹ ਸ਼ਬਦ ਦਾ ਇੱਕ ਬੰਦ ਕਰਾਂਗੇ, ਸ਼ਬਦ ਸਾਰਾ ਜਨਮ ਪਤਾ ਵਾ ਤੇ ਇੱਕੋ ਬੰਦ ਬਹਿ ਕੇ ਆਪਾਂ ਸਮਾਪਤੀ ਕਰ। ਸਤਿਗੁਰ ਦੀ ਦਰਤੇ ਸੁਰਗੁਪਤੋਂ ਮੁੜ ਮੁੜ ਕੇ ਆਉਣਾ ਪੈਂਦਾ।
ਗੁਰੂ ਦੇ ਦਰ ਤੇ ਸੇਵਕ ਨੂੰ ਮੁੜ ਮੁੜ ਕੇ ਆਉਣਾ ਪੈਂਦਾ ਹੈ। ਜੇ ਤਾਂ ਇਸ ਜਨਮ ਚ ਨਾ ਬੰਦਾ ਆਵੇ ਫਿਰ ਅਗਲਾ ਜਨਮ ਲੈਣਾ ਪੈਂਦਾ, ਫਿਰ ਪਤਾ ਨਹੀਂ ਕਈ ਵਾਰੀ ਖੁੱਲਿਆ ਫਿਰ ਕਿੰਨੇ ਜਨਮ ਲੈਣੇ ਪੈਂਦੇ ਆ। ਰਵਿਦਾਸ ਜੀ ਮਹਾਰਾਜ ਨੇ ਇਸੇ ਲਈ ਕਿਹਾ, ਬਹੁਤ ਜਨਮ ਕੇ ਵਿਛੜੇ ਥੇ ਮਾਧੋ, ਇਹ ਜਨਮ ਤਿਹਾਰਾ। ਉਹਨੇ ਆਪਣੇ ਲਈ ਨਹੀਂ ਕਿਹਾ ਕਿਉਂਕਿ ਉਹਦਾ ਵਿਛੜੇ ਹੀ ਨਹੀਂ। ਆਪਾਂ ਨੂੰ ਸਮਝਾਇਆ ਵਾ ਲੋਕਾਂ ਨੂੰ ਵੀ ਪਿਆਰੇ ਬਹੁਤ ਜਨਮ ਹੋ ਗਏ ਤੁਹਾਨੂੰ ਪਿਛੜਿਆਂ ਨੂੰ, ਆਹ ਜਨਮ ਦੇਖੇ ਲਾ ਦੋ, ਇਸ ਲਈ ਜੀਵਨ ਹੈ। ਜੀਵਨ ਦੇ ਕਰਮ ਨੇ, ਕਿਉਂਕਿ ਗੁਰੂ ਤਾਂ ਬਖਸ਼ਣ ਹਾਰ ਹੈ। ਮਹਾਰਾਜ ਕਹਿੰਦੇ ਸੀਨ ਸਭ ਨਾਲੋਂ ਉੱਚੀ ਸ਼ਾਨ ਵਾਲੇ, ਸਿਫਤ ਕਰਾਂ ਕੀ ਪੀਰਾਂ ਦੇ ਪੀਰ ਤੇਰੀ, ਅੱਗੋਂ ਕੰਠ ਲਾਉਣਾ ਔਗਣ ਹਾਰਿਆਂ ਨੂੰ, ਜਿਨ੍ਹਾਂ ਤੱਕ ਨਹੀਂ ਸ਼ਰਨ ਅਖੀਰ ਤੇਰੀ, ਬੜੇ ਮਾਫ਼ ਕੀਤੇ ਤੇਰੀਆਂ ਰਹਿਮਤਾਂ ਨੇ, ਹੋ ਗਈ ਨਜ਼ਰ ਜਾਂ ਗਹਿਰ ਗੰਭੀਰ ਤੇਰੀ, ਮੇਰੀ ਹੁਸ਼ਨਾ ਵਾਲੀ ਦਰਬਾਰ ਸਿੰਘਾ, ਮੇਰੇ ਵਸ ਦੇ ਹਿਰਦੇ ਤਸਵੀਰ। ਇਹ ਜਾਣੀ ਦੀ ਜਿਹੜੀ ਗੁਰੂ ਦੀ ਤਸਵੀਰ ਆ ਨਾ, ਇਹ ਹਿਰਦੇ ਹਿਰਦੇ ਦੇ ਵਿੱਚ ਵਸਦੀ ਹੈ ਸ਼ਬਦ ਨਾਲ। ਸ਼ਬਦ ਨਾਲ ਮਨੁੱਖ ਨੂੰ ਜੁੜ ਕੇ ਰਹਿਣਾ ਚਾਹੀਦਾ। ਸੋ ਤੁਹਾਡਾ ਸਾਰੀ ਗੁਰਸੰਗਤ ਦਾ ਬਹੁਤ ਧੰਨਵਾਦ, ਬਹੁਤ ਤੁਸੀਂ ਪ੍ਰੇਮ ਕਰਦੇ ਹੋ ਤੇ ਜਦੋਂ ਤੁਹਾਡੇ ਉੱਥੇ ਕਵਿਤਾ ਆ ਤੇ ਬੱਚਿਆਂ ਨੇ ਗਾਈ ਤੇ ਉਹਨਾਂ ਨੇ ਸੁਣੀ, ਇੰਗਲੈਂਡ ਵਾਲਿਆਂ ਨੇ, ਕੈਨੇਡਾ ਵਾਲਿਆਂ ਨੇ, ਅਮਰੀਕਾ ਵਾਲਿਆਂ ਨੇ, ਉਹ ਮੈਨੂੰ ਕਹਿੰਦੇ ਜੀ ਵੀ ਇਹ ਛੇਤੀ ਇੰਨੀ ਕਿਉਂ ਕਰੀ ਜਾਂਦੇ ਆ। ਮੈਂ ਕਿਹਾ ਕਿਉਂ? ਕਹਿੰਦੇ ਅਸੀਂ ਤਿੰਨ ਦੇਸ਼ ਹੈ ਤੇ ਮਹੀਨਾ ਮਹੀਨਾ ਹੀ ਹੋਇਆ ਹਜੇ ਪੂਰਾ ਹੋਇਆ ਨੀ, ਤੇ ਸਾਨੂੰ ਇਉਂ ਕਰੋ ਵੀ ਚਾਰ ਦੇਸ਼ ਚਾਰਾਂ ਨੂੰ ਤਿੰਨ ਤਿੰਨ ਮਹੀਨੇ ਵੰਡ ਕੇ ਦਿਓ। ਮੈਂ ਕਿਹਾ ਠੀਕ ਆ, ਆਪਾਂ ਚਾਰ ਚਾਰ ਕਿਉਂ ਵੰਡਦੇ, ਆਪਾਂ ਸਾਲ ਸਾਲ ਹੀ ਵੰਡ ਲੈਂਦੇ ਹਾਂ। ਮਹਾਰਾਜ ਤੋਂ ਤੋਂ ਵੱਖ ਆ, ਤੁਸੀਂ ਸਵਾਮੀ ਜੀ ਮਹਾਰਾਜ ਤੁਹਾਡੇ ਹਮੇਸ਼ਾ ਹੀ ਕੋਲੇ ਆ, ਕਿਸੇ ਤੋਂ ਵੀ ਵੱਖ ਨਹੀਂ। ਸ਼ਬਦ ਨਾਲ ਉਹਨਾਂ ਨੂੰ ਵੀ ਮੈਂ ਕਿਹਾ ਤੇ ਤੁਹਾਨੂੰ ਵੀ ਕਹਿੰਦਾ, ਮੈਂ ਕਿਹਾ ਬੰਦਿਆਂ ਨਾਲ ਨਹੀਂ ਜੁੜੀਦਾ ਹੁੰਦਾ, ਸ਼ਬਦ ਨਾਲ ਜੁੜੋ। ਹੁਣ ਸਵਾਮੀ ਬਚ ਸਿੰਘ ਜੀ ਮਹਾਰਾਜ, ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ, ਸਵਾਮੀ ਜੋਰਾ ਸਿੰਘ ਜੀ ਮਹਾਰਾਜ, ਸਵਾਮੀ ਭਗਤ ਸਿੰਘ ਚਾਰ ਹੋ ਗਏ ਨਾ। ਮਗਰ ਰੱਖੋ ਯਾਦ, ਆਪਾਂ ਸੰਗਤ ਆ ਸਾਰੀ, ਗੁਰੂ ਕਿਰਪਾ ਕਰਨਾ। ਮਨੁੱਖ ਨੇ ਜੀਵ ਆ, ਕੋਈ ਵੀ ਹੈ ਜਦੋਂ ਆਉਂਦੇ ਆ ਕਿਸੇ ਨੂੰ, ਚਲੋ ਗੁਰੂ ਦੀ ਕਿਰਪਾ ਪੂਰਾ ਵੱਧ ਮਿਲ ਜਾਂਦੀ ਹੈ।
ਪਰ ਮਿਲਣਾ ਸਭ ਨੂੰ ਆਉਂਦਾ ਹੀ ਹੈ ਜਿੰਨਾ ਕਰੂੰਗਾ ਕੋਈ ਹੈ ਤਾਂ ਕਮਾਈ ਕਰਨੀ ਪੈਣੀ ਹੈ ਕਮਾਈ ਕਰੋ ਹਾਂ ਥੋੜਾ ਬਣਾ ਹਿੱਸਾ ਮਿਲ ਜਾਂਦਾ ਪਿਆਰ ਵਾਲਿਆਂ ਨੂੰ ਪ੍ਰੇਮ ਵਾਲਿਆਂ ਸੰਸਾਰ ਹੈ ਦੁਨੀਆਦਾਰੀ ਹੈ ਕੁਝ ਚੀਜ਼ਾਂ ਮਿਲਦੀਆਂ ਹਰ ਚੀਜ਼ ਮਿਲਦੀ ਤਾਂ ਜੇ ਤੁਸੀਂ ਦੋਵੋ ਕਈ ਵਾਰੀ ਸਤਿਗੁਰੂ ਘਰ ਬਹਿਣਦੀ ਰਹਿੰਦਾ ਵੀ ਸ਼ਾਇਦ ਮੈਨੂੰ ਤਾਂ ਇਹ ਮਿਲ ਚੁੱਕਾ ਨਹੀਂ ਜੇ ਤੁਹਾਡੇ ਬਜ਼ੁਰਗਾਂ ਦੇ ਪੈਸੇ ਬੈਂਕ 'ਚ ਪਏ ਹੋਣ ਕਰੋੜਾਂ ਰੁਪਈਆ ਤੇ ਤੁਸੀਂ ਲੈਣੇ ਚਾਹੋ ਤੁਹਾਨੂੰ ਕਦੇ ਮਿਲਣਗੇ ਪਤਾ ਇੱਕ ਤਾਂ ਤੁਹਾਡਾ ਹੱਕ ਹੋਣਾ ਚਾਹੀਦਾ ਉਹਦੇ 'ਤੇ ਪੂਰਾ ਤੁਸੀਂ ਉਹਦੇ ਅੱਡ ਨਹੀਂ ਹੋਣੇ ਚਾਹੀਦੇ ਜਦੋਂ ਬੱਚਾ ਆਪਣੇ ਮਾਂ ਪਿਓ ਤੋਂ ਵੱਖ ਹੋ ਜਾਂਦਾ ਤੇ ਕਈ ਵਾਰੀ ਬਜ਼ੁਰਗ ਵੀ ਵੱਖ ਹੋ ਜਾਂਦੇ ਉਹ ਕਹਿੰਦੇ ਵੀ ਮੇਰਾ ਬੱਚੇ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜੇ ਉਹ ਲਿਖਦਾ ਨਾ ਫਿਰ ਕੁਛ ਨਹੀਂ ਮਿਲਦਾ ਗਾ ਇੱਕ ਕਾਰਨ ਦੂਜਾ ਫਿਰ ਜਿਹੜੀ ਬੈਂਕ ਤੋਂ ਲੈਣਾ ਉਹਦੇ 'ਚ ਅਕਾਊਂਟ ਹੋਣਾ ਚਾਹੀਦਾ ਜੇ ਅਕਾਊਂਟ ਨਾ ਹੋਵੇ ਬੈਂਕ ਵਾਲੇ ਨਹੀਂ ਦਿੰਦੇ ਕਿਉਂਕਿ ਕੁਛ ਨਾ ਕੁਛ ਤੁਹਾਡੀ ਜੇਬ 'ਚ ਹੋਊਗਾ ਫਿਰ ਅਕਾਊਂਟ ਖੁੱਲੂਗਾ ਨਾਮ ਧਾਣਾ ਇਹ ਤਾਂ ਦੂਜੇ ਨੂੰ ਦੂਜੇ ਦੀ ਚੀਜ਼ ਮਿਲਦੀ ਹੈ ਹਿੱਸਾ ਜੇ ਸਾਡਾ ਅਕਾਊਂਟ ਖੁੱਲਿਆ ਹੋਵੇ ਜਾਣੀ ਵੀ ਗੁਰੂ ਦੇ ਸ਼ਬਦ ਨਾਲ ਆਪਾਂ ਜੁੜੇ ਹੋਈਏ ਫਿਰ ਘਾਟਾ ਵੱਧਾ ਤਾਂ ਮਾੜਾ ਮੋਟਾ ਪੂਰਾ ਗੁਰੂ ਕਰ ਦਿੰਦਾ ਤੇ ਪਰ ਜੇ ਸਾਡਾ ਹੈ ਹੀ ਨਹੀਂ ਹਿਸਾਬ ਕਿਤਾਬ ਫਿਰ ਕੀ ਬਣਦਾ ਇਸ ਲਈ ਇੱਕ ਤਾਂ ਗੁਰੂ ਨਾਲੋਂ ਅਕਾਊਂਟ ਬੰਦ ਨਹੀਂ ਹੋਣਾ ਚਾਹੀਦਾ ਚੱਲਦਾ ਹੋਣਾ ਚਾਹੀਦਾ ਬਹੁਤ ਚੰਗੀ ਗੱਲ ਹੈ ਕਿ ਸੱਜਣ ਮੈਨੂੰ ਕਹਿੰਦਾ ਮੈਂ ਤੁਹਾਨੂੰ ਯਾਦ ਹੋਊਗਾ ਜਦੋਂ ਮੈਨੂੰ ਸੇਵਾ ਮਿਲੀ ਮੇਰਾ ਮਨ ਸੀਗਾ ਵੀ ਸਾਡੇ ਗੁਰੂ ਅਸਥਾਨ ਦੀ ਸੰਗਤ ਹੈ ਤੇ ਮੈਂ ਕਈ ਦੀਵਾਨਾਂ ਤੇ ਝੋਲੀਆਂ ਅੱਡ ਕੇ ਕਿਹਾ ਸੀਗਾ ਅਸੀਂ ਆਪਣੀਆਂ ਦੋਨੋਂ ਹੱਥਾਂ ਨਾਲ ਝੋਲੀ ਫੜ ਕੇ ਆਪਣੇ ਕਮੀਜ਼ ਦੀ ਵੀ ਸੰਗਤ ਦੀ ਵੀ ਜੇ ਕੋਈ ਸਵਾਮੀ ਦਰਬਾਰਾ ਸਿੰਘ ਮਹਾਰਾਜ ਦੇ ਸਮੇਂ ਦਾ ਸਿੰਘ ਹੈਗਾ ਸੰਗਤ ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਜੇ ਕੋਈ ਉਹਨਾਂ ਨੂੰ ਕੋਈ ਭੁਲੇਖਾ ਵਾ ਕੋਈ ਭਰਮ ਹੈ ਜਾਂ ਕੋਈ ਕਾਰਨ ਬਣ ਗਿਆ ਕੋਈ ਗੁੱਸਾ ਗਿਲਾ ਵਾ ਤੇ ਹੁਣ ਮੇਰੀ ਡਿਊਟੀ ਹੈ ਤੇ ਸਾਰੇ ਮੇਰੀ ਝੋਲੀ ਚ ਪਾਓ ਤੇ ਪਰ ਆ ਜਾਓ ਮੁੜਿਓ ਤੇ ਕਾਫੀ ਸੰਗਤ ਚਲੋ ਮਾਰੇ ਨੇ ਕਿਰਪਾ ਕਰੀ ਇੱਕ ਸੱਜਣ ਆ ਕੇ ਮੈਨੂੰ ਕਹਿੰਦਾ ਕਹਿੰਦੇ ਵੀ ਅਸੀਂ ਵੱਡੇ ਮਹਾਰਾਜ ਕੋਲੇ ਬਹੁਤ ਚਿਰ ਰਹੀ ਮੈਂ ਕਿਹਾ ਠੀਕ ਹੈ ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਉਦੋਂ ਬਹੁਤ ਛੋਟੇ ਹੁੰਦੇ ਸੀ ਮੈਂ ਕਿਹਾ ਹਾਂਜੀ ਤੇ ਅਸੀਂ ਕਹਿੰਦਾ ਬਹੁਤ ਗਰੀਬ ਸੀ ਸਾਡੇ ਕੋਲ ਕੁਛ ਨਹੀਂ ਸੀ ਮੈਂ ਕਿਹਾ ਠੀਕ ਹੈ ਜੀ ਮੈਨੂੰ ਨਹੀਂ ਪਤਾ ਕਹਿੰਦਾ ਮਹਾਰਾਜ ਨੇ ਸਾਨੂੰ ਬਹੁਤ ਕੁਛ ਦਿੱਤਾ ਮੈਂ ਕਿਹਾ ਠੀਕ ਹੈ ਤੇ ਹੁਣ ਕਹਿੰਦਾ ਜਦੋਂ ਤੁਸੀਂ ਬੋਲਿਆ ਤੇ ਮੇਰੇ ਮਨ ਚ ਆਇਆ ਵੀ ਇੱਕ ਵਾਰੀ ਮਿਲ ਕੇ ਆਈਏ ਮੈਂ ਕਿਹਾ ਧੰਨਵਾਦ ਜੀ ਉਹਨੇ ਮੈਨੂੰ ਕਹਿੰਦਾ ਹੁਣ ਇੱਕ ਮੇਰੀ ਗੱਲ ਹੈ ਤੁਸੀਂ ਕਿਹਾ ਸੀ ਕੋਈ ਆਪਦੀ ਗੱਲ ਹੋਵੇ ਮੈਂ ਕਿਹਾ ਜੀ ਤੂੰ ਮੇਰੀ ਝੋਲੀ ਚ ਪਾ ਦਿਓ ਮੈਂ ਕਿਹਾ ਜੀ ਪਾਓ ਕੀ ਪਾਉਣਾ ਕਹਿੰਦਾ ਕੋਈ ਗੁੱਸਾ ਤਾਂ ਨਹੀਂ ਹੈਗਾ ਮੈਂ ਕਿਹਾ ਠੀਕ ਹੈ
ਹੋਰ ਕੋਈ ਗੱਲ ਕਹਿੰਦਾ ਨਹੀਂ। ਮੈਂ ਕਿਹਾ ਠੀਕ ਹੈ। ਕਹਿੰਦਾ ਪਰ ਸਾਡੇ ਤੇ ਗਰੀਬੀ ਫਿਰ ਬਹੁਤ ਆ ਗਈ। ਮੈਂ ਕਿਹਾ ਵੀ ਕਿਉਂ? ਕਹਿੰਦੇ ਤੁਸੀਂ ਦੱਸੋ। ਮੈਂ ਕਿਹਾ ਮੈਨੂੰ ਪਤਾ ਨਹੀਂ ਹੈ, ਮੈਂ ਤਾਂ ਬੱਚਾ ਸੀਗਾ, ਜਵਾਨ ਸੀਗਾ, ਉਦੋਂ ਨਿੱਕਾ ਸੀ, ਮੈਨੂੰ ਗੱਲ ਦਾ ਨਹੀਂ ਪਤਾ, ਤੁਸੀਂ ਗੱਲ ਦੱਸੋ। ਉਹ ਕਹਿੰਦਾ ਵੀ ਅਸੀਂ ਬਹੁਤ ਸੇਵਾ ਕਰੀ। ਚਲੋ ਫਿਰ ਉਹਨੇ ਦੱਸੀ ਸਾਰੀ ਗੱਲ। ਕਹਿੰਦੇ ਵੀ ਇਹ ਦੱਸੋ ਤੁਸੀਂ ਮਾਰੇ ਦੇ ਥਾਂ ਤੇ ਆ ਵੀ ਸਾਨੂੰ ਕਿਉਂ ਚੀਜ਼ ਸਾਡੀ ਦੁਆਰੇ ਸਾਡੇ ਚਲੀ ਕਿਉਂ ਗਏ? ਮੈਂ ਕਿਹਾ ਵੀ ਇਹ ਤਾਂ ਹੁਣ ਮੈਂ ਕੀ ਦੱਸ ਸਕਦਾ, ਮੈਨੂੰ ਤਾਂ ਪਤਾ ਨਹੀਂ ਗਾ। ਮੈਂ ਪੰਜ ਚਾਰ ਤੁਹਾਨੂੰ ਸਵਾਲ ਪੁੱਛ ਦਿੰਦੇ ਹਾਂ ਆਪਦੀ ਮੱਤ ਨਾਲ, ਤੇ ਤੁਸੀਂ ਉਹਦੇ ਸਹੀ ਸਹੀ ਜਵਾਬ ਦੇ ਦਿਓ, ਫਿਰ ਮੈਨੂੰ ਜੇ ਲੱਗੂਗਾ ਮੈਂ ਤੁਹਾਨੂੰ ਦੱਸ ਦਊਗਾ। ਕਹਿੰਦਾ ਦੱਸੋ ਜੀ। ਮੈਂ ਕਿਹਾ ਵੀ ਤੁਸੀਂ ਕਿੰਨੇ ਚਿਰ ਸੇਵਾ ਕਰੀ ਮਾਰੇ? ਮੈਂ ਕਹਿੰਦਾ ਜੀ ਮੈਂ ਤਕਰੀਬਨ 20 ਸਾਲ। ਮੈਂ ਕਿਹਾ ਫਿਰ ਸਵਾਮੀ ਜੋਰਾ ਸਿੰਘ ਜੀ? ਮੈਂ ਕਹਿੰਦਾ ਨਹੀਂ, ਅਸੀਂ ਜਦੋਂ ਮਾਰੇ ਚਲੇ ਗਏ ਫਿਰ ਹਟ ਕੇ ਗਏ। ਕਹਿੰਦਾ ਜੀ ਭੁੱਲ ਗਈ। ਮੈਂ ਕਿਹਾ ਵੀ ਫਿਰ ਤੁਹਾਡਾ ਮਹਾਰਾਜ ਗੁਰੂ ਸਿੰਘ ਸਵਾਮੀ ਜੀ ਲੋਕੋਂ ਸ਼ਬਦ ਗੁਰੂ ਸਿੰਘ ਕਹਿੰਦੇ ਹਨ। ਮੈਂ ਕਿਹਾ ਉਹਨਾਂ ਦੀ ਵਰਸੀ ਮਨਾਉਂਦੇ ਹੁੰਦੇ ਆ, ਤੁਸੀਂ ਆਏ ਕਦੇ? ਕਹਿੰਦਾ ਨਹੀਂ। ਮੈਂ ਕਿਹਾ ਉਹਨਾਂ ਦੀ ਯਾਦ ਚ ਆਪਾਂ ਭੰਡਾਰਾ ਕਰਦੇ ਹੁੰਦੇ ਹਾਂ, ਮਾਰੇ ਕਰਦੇ ਹੁੰਦੇ ਸੀ, ਤੁਸੀਂ ਕੁਛ ਲੰਗਰ ਭੰਡਾਰੇ ਤੇ ਤੁਹਾਡੇ ਗੁਰੂ ਸੀ ਉਹਨਾਂ ਦੀ ਯਾਦ ਚ ਭੰਡਾਰਾ ਸੀ ਕੁਛ ਮਾੜਾ ਮੋਟਾ? ਕਹਿੰਦਾ ਨਹੀਂ। ਮੈਂ ਫਿਰ ਸੰਗਤਾਂ ਗੁਰਬਾਣੀ ਦੇ ਅਖੰਡ ਪਾਠ ਹੁੰਦੇ ਆ, ਅਗਲਾ ਸੋਚ ਲਿਆ ਚਲੋ ਆਪਾਂ ਨੂੰ ਪਾਠ ਘੱਟ ਹੋਇਆ ਤਾਂ ਗੁਰੂ ਦੀ ਯਾਦ ਚ ਪਾਠ ਹੀ ਕਰਾ ਲਈਏ। ਗੁਰਬਾਣੀ ਦਾ ਪ੍ਰਵਾਹ ਚੱਲਦਾ, ਆਪਾਂ ਵੀ ਇੱਕ ਲੋਟਾ ਭੇਟ ਕਰੀਏ। ਗੁਰਬਾਣੀ ਹੈ ਸੱਚੇ ਪਾਤਸ਼ਾਹ ਦੀ, ਇਹਦੇ ਵਿੱਚ ਇੱਕ ਕਿਣਕਾ ਵੀ ਦਿੰਦਾ ਤਾਂ ਜਿਵੇਂ ਪਾਤਸ਼ਾਹ ਕਹਿੰਦੇ ਕਿਣਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮੈਂ ਮੰਗਣੀ ਨਾ ਆਵੈ। ਕਹਿੰਦਾ ਨਹੀਂ ਜੀ। ਮੈਂ ਕਿਹਾ ਫਿਰ ਜੋ ਖੰਡ ਚਲੋ ਭੁੱਲਦੇ ਹਾਂ ਸਾਰਿਆਂ ਨੂੰ ਨਹੀਂ ਦਿੰਦੇ ਆਪਾਂ ਪਾਠ ਕਈ ਵਾਰੀ ਨਹੀਂ ਦੇ ਵੈ ਚਾਹੇ ਤਾਂ ਦਿੰਦੀ, ਫਿਰ ਤੁਸੀਂ ਅਰਦਾਸ ਚ ਵੀ ਨਹੀਂ ਆਏ, ਆਏ ਨਹੀਂ। ਮੈਂ ਕਿਹਾ ਦੌਰਾਨ ਜਿੰਦੇ ਮਹਾਰਾਜ ਦੀ ਵਰਸੀ ਤੇ ਕਹਿੰਦਾ ਨਾ। ਮੈਂ ਕਿਹਾ ਫਿਰ ਤੁਹਾਡਾ ਕਨੈਕਸ਼ਨ ਟੁੱਟ ਗਿਆ ਉਹਨਾਂ? ਕਹਿੰਦਾ ਨਾ। ਮੈਂ ਕਿਹਾ ਬਸ ਹੁਣ ਤੂੰ ਇਹ ਚੀਜ਼ਾਂ ਮੁੱਕਦੀਆਂ ਨਹੀਂ ਹੁੰਦੀਆਂ। ਜਦੋਂ ਧਰਤੀ ਦੇ ਨਾਲ ਉਹ ਦਰਖਤ ਦਾ ਕਨੈਕਸ਼ਨ ਟੁੱਟ ਜਾਂਦਾ, ਉਹ ਦਰਖਤ ਸੁੱਕ ਜਾਂਦਾ, ਉਹ ਫਲ ਨਹੀਂ ਲੱਗਦਾ, ਉਹਦੇ ਪੱਤੇ ਵੀ ਝੜ ਜਾਂਦੇ ਆ, ਰੁੱਖ ਸੁੱਕ ਜਾਂਦਾ, ਸੁੱਕ ਕੇ ਧਰਤੀ ਤੇ ਡਿੱਗ ਪੈਂਦਾ। ਉਹ ਕਹਿੰਦਾ ਵੀ ਹੁਣ ਕੋਈ ਇਹਦਾ ਹੱਲ? ਮੈਂ ਕਿਹਾ ਹੱਲ ਕਹਿੰਦਾ ਬੇਨਤੀ ਕਰੀਏ ਤੂੰ ਆ ਗਿਆ ਤੇਰਾ ਧੰਨਵਾਦ। ਕਹਿੰਦਾ ਉਹ ਮੇਰੀ ਸਹਾਇਤਾ? ਮੈਂ ਕਿਹਾ
ਮੇਰਾ ਕਰਮਾ ਵੀ ਜੋੜਨਾ ਹੈ। ਆ ਜਾ, ਜੁੜ ਜਾ, ਤੇਰੇ ਗੁਰੂ ਦਾ ਦਰ ਹੈ। ਬੰਦੇ ਬਦਲਦੇ ਰਹਿੰਦੇ ਆ, ਮੈਂ ਕਿਹਾ ਮੇਰੇ ਸਾਹਿਬ ਦੀ ਇੱਕ ਬਦਲ ਗਈ, ਤੂੰ ਤੀਜੇ ਕੋਲੇ ਆਇਆ ਹੋ, ਬਾਅਦ ਚ ਕਾਫੀ ਬਦਲੀ ਪੈ ਗਈ ਆਪਣੀ। ਜੁੜ, ਮੈਨੂੰ ਕਹਿੰਦੇ ਆਪ ਜਿਵੇਂ ਉਹਨਾਂ ਨੇ ਕੰਮ ਕਰਿਆ ਸੀ ਤੂੰ ਕਰਦੇ ਕਰ, ਬਦਲ ਕੰਮ ਦਾ ਭਰਾਵਾ ਮੈਨੂੰ ਨਹੀਂ ਹੋਣਾ, ਕੰਮ ਤਾਂ ਉਹੀ ਕਰਨਗੇ ਤੇਰਾ। ਮੇਰਾ ਕੰਮ ਤਾਂ ਇੰਨਾ ਹੀ ਹੈ ਵੀ ਹਿੱਲੇ ਹੋਏ ਦਰਖਤ ਨੂੰ ਦੋ ਚੰਗ ਮਿੱਟੀ ਦੇ ਲਾ ਸਕਦਾ, ਕੰਮ ਤੇਰਾ ਉਹੀ ਕਰਨਗੇ। ਕਹਿੰਦਾ ਲੱਗ ਜੂ ਮਿੱਟੀ, ਮੈਂ ਕਿਹਾ ਲੱਗਣ ਨੂੰ ਕੀ ਹੈ, ਮਿੱਟੀ ਤਾਂ ਲਾਉਣ ਦੀ ਲੋੜ ਹੀ ਨੀਗੀ, ਹਜੇ ਡਿੱਗਿਆ ਤਾਂ ਹੈ ਨੀਗਾ, ਖੜੇ ਹੀ ਆ, ਪਾਣੀ ਪਾਉਣ ਵਾਲਾ। ਕਹਿੰਦਾ ਪਾਓ, ਮਗਰ ਮੈਂ ਪਾਉਣ ਨੀ ਕਹਿੰਦੇ ਪਾਉਣਾ, ਬਦਲ ਤੇਰੇ ਅੰਦਰ ਹੀ ਆ, ਹਲਾ। ਮਹਾਰਾਜ ਨੇ ਸ਼ਬਦ ਦਿੱਤਾ, ਕਹਿੰਦਾ ਮੈਂ ਭੁੱਲ ਗਿਆ, ਮੈਂ ਗੋਰੇ ਦੀ ਕੋਈ ਗੱਲ ਆਪਾਂ ਤੈਨੂੰ ਯਾਦ ਕਰਾ ਦਿੰਦੇ ਹਾਂ। ਕਹਿੰਦਾ ਤੁਹਾਨੂੰ ਪਤਾ, ਮੈਂ ਕਿਹਾ ਤੂੰ ਆਪਣੀ ਕਹਿ ਰਹੀ, ਮੈਂ ਨਿੱਕਾ ਸੀਗਾ ਉਦੋਂ, ਜੇ ਮੈਂ ਨਿੱਕਾ ਜਿਹਾ ਸੀਗਾ ਇਹਦਾ ਮਤਲਬ ਤੂੰ ਮੈਨੂੰ ਦੇਖਿਆ ਹੋਊਗਾ। ਕਹਿੰਦਾ ਹਾਂ, ਕਿੱਥੇ ਦੇਖਿਆ, ਕਹਿੰਦਾ ਵੱਡੇ ਮਾਰੇ ਕੋਲੇ। ਮੈਂ ਕਿਹਾ ਫਿਰ ਇਹਦਾ ਮਤਲਬ ਵੀ ਜਦੋਂ ਉਹਨਾਂ ਨੇ ਗੁਰੂ ਪਾਣੀ ਵਾਲਾ ਟੱਕਾ ਲਾਇਆ ਉਦੋਂ ਮੈਨੂੰ ਪਤਾ ਸੀਗਾ ਕਿਹੜਾ ਛੱਡਿਆ ਕਿੱਥੋਂ ਛੱਡਿਆ। ਕੋਈ ਗੱਲ ਨੀ, ਅੱਛਾ ਇਹ ਮੈਂ ਬੇਨਤੀ ਤਾਂ ਕਰੀ ਆ, ਦੁਨੀਆਂ ਮਾਂ ਗੁਰੂ ਸ਼ਬਦ ਹੈ, ਮਹਾਰਾਜ ਨੇ ਆਪਾਂ ਨੂੰ ਆਪਦੇ ਨਾਲ ਨਹੀਂ ਜੋੜਿਆ ਗਾ। ਤੁਹਾਨੂੰ ਆਇਆ ਨਹੀਂ ਕਿਹਾ ਵੀ ਦਰਬਾਰਾ ਸਿਉਂ ਦਰਬਾਰਾ ਸਿਉਂ ਕਰਿਆ ਕਰੋ, ਤੁਹਾਨੂੰ ਇਹ ਨਹੀਂ ਕਿਹਾ ਜੋਰਾ ਸਿਉਂ ਜੋਰਾ ਸਿਉਂ ਕਰਿਆ ਕਰੋ, ਤੁਹਾਨੂੰ ਇਹ ਨਹੀਂ ਕਿਹਾ ਮਿਤ ਸਿੰਘ ਕਰਿਆ ਕਰੋ, ਤੁਹਾਨੂੰ ਇਹ ਨਹੀਂ ਕਿਹਾ ਵੀ ਭਗਤ ਸਿੰਘ ਭਗਤ ਸਿੰਘ ਕਰਿਆ ਕਰੋ, ਤੁਹਾਨੂੰ ਕੀ ਕਿਹਾ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਉਹ ਕਰਿਆ ਕਰੋ, ਆਪਦਾ ਜੁੜੋ, ਪਰ ਪਾਣੀ ਮੋਕਾ ਲੱਗਿਆ ਹੋਣਾ ਚਾਹੀਦਾ, ਤੇ ਜਾਂ ਫਿਰ ਬੰਦਾ ਜ਼ਿੰਮੇਵਾਰ ਵਧੀਆ ਚਾਹੀਦਾ। ਸਾਡੇ ਖੇਤ ਮੈਂ ਮੋਕਾ ਲਵਾਇਆ, ਇੱਥੇ ਖੇਤ ਮੇਰਾ ਮਿੱਤਰ ਸੀ, ਮੰਤਰੀ ਸੀਗਾ ਜਿਹੜਾ, ਮੇਰਾ ਮਿੱਤਰ ਸੀਗਾ, ਅਸੀਂ ਇਕੱਠੇ ਪਹਿਲਾਂ ਕੰਮ ਕਰਦੇ ਰਹੇ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਰਾਜਨੀਤੀ ਚ ਕੰਮ ਕਰਿਆ ਵਾ, ਤੇ ਉਹ ਮੇਰਾ ਮਿੱਤਰ ਸੀ, ਮੈਨੂੰ ਕਹਿੰਦਾ ਜਿਆਦਾ ਸਾਡੇ ਗੁਰਦੁਆਰੇ ਵਾਲੀ ਜ਼ਮੀਨ ਨੂੰ ਮੋਗਾ ਲਾ ਦੇ, ਉਹ ਤਾਂ ਲਾ ਦਿੰਦੇ। ਉਹ ਮੋਗਾ ਉਹਨੇ ਮਨਜ਼ੂਰ ਕਰਤਾ, ਮਨਿਸਟਰਾਂ ਦਾ ਕੰਮ ਮਨਜ਼ੂਰ ਕਰਨਾ, ਪਈਆਂ ਆਪਾਂ ਦੱਬਣੀਆਂ ਹੁੰਦੀਆਂ, ਸਾਡੇ ਬੰਦਿਆਂ ਨੇ ਦੱਬੀਆਂ ਨਹੀਂ ਗੀਆਂ, ਤੇ ਉਹ ਮੋਗਾ ਹੌਲੀ 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 ਸ਼ਰਮਿੰਦਿਆਂ ਨੇ ਕੱਟਤਾ। ਆ ਹੁਣ ਸਾਡਾ ਕੋਈ ਬੰਦਾ ਆ ਗਿਆ ਵਧੀਆ, ਉੱਥੇ ਖੇਤ ਉਹ ਪਾਣੀ ਦੀ ਲੋੜ ਸੀ, ਮੋਗਾ ਨੂੰ ਬੇਚਾਰੇ ਨੂੰ ਉੱਥੇ ਆਇਆ ਨੀ, ਉਹਨੇ ਥੋੜਾ ਥੋੜਾ ਧਾਰਾ ਮੰਗ ਲਿਆ ਕਿਸੇ ਤੋਂ, ਦਾਰੇ ਧਾਰਾ ਧੂਰਾ ਮੰਗ ਕੇ ਪਾਣੀ ਸ਼ੁਰੂ ਕਰ ਲਿਆ। ਆਏ ਆ ਨਾ ਵੀ ਕਿਹੜਾ ਧਾਰਾ ਧੂਰਾ ਮੰਗ ਕੇ ਸ਼ੁਰੂ ਕਰੋ, ਪਰ ਜੁੜੇ ਹੋਏ ਕਨੈਕਸ਼ਨ ਜੋੜੀ ਦੋ, ਕਨੈਕਸ਼ਨ ਜੋੜੋ। ਜਿਹੜੇ ਪਾਣੀ ਦਿੰਦੇ ਹੁੰਦੇ ਆ ਉਹਨੂੰ ਪਤਾ ਕੀ ਕਹਿੰਦੇ ਆ, ਮੋਗਾ ਇੰਨੇ ਪਾਣੀ ਲਵਾਉਂਦੇ ਹੁੰਦੇ ਆ, ਕਿਸਾਨ ਤੁਹਾਨੂੰ ਪਤਾ ਕੌਣ ਹੁੰਦਾ ਪਾਣੀ ਲਵਾਉਣ ਵਾਲਾ, ਮੇਰਾ
ਮੀਰਾ ਉਹ ਬਦਲਦੇ ਰਹਿੰਦੇ ਆ, ਮੁੱਕੇ ਚੱਲਦੇ ਰਹਿੰਦੇ ਆ, ਸਮਝ ਗਏ? ਬਸ ਇਹ ਹੈ ਸ਼ਬਦ ਨਾਲ ਗੁਰੂ, ਗੁਰੂ ਨਾਲ ਹੋਣਾ ਚਾਹੀਦਾ। ਫਿਰ ਉਹ ਮੈਨੂੰ ਕਹਿੰਦਾ ਵੀ ਹੁਣ ਜੇ ਮੈਂ ਸੇਵਾ ਕਰਾਂ ਮੈਨੂੰ ਮਿਲ ਜੂ ਸਾਰਾ ਕੁਛ? ਮੈਂ ਪੁੱਛਿਆ ਕਿ ਤੇਰੀ ਉਮਰ ਕਿੰਨੀ ਹੈ? ਕਹਿੰਦਾ ਜੀ ਮੇਰੀ 81 ਸਾਲ ਆ। ਮੈਂ ਕਿਹਾ ਫਿਰ ਤੇਰੇ ਤੋਂ 20 ਸਾਲ ਮੇਰੇ ਨਾਲ ਲਿਆ ਨੀ, ਅੱਗੇ ਤੋਂ 20 ਸਾਲ ਵੱਡਿਆ ਨਾਲ ਰਹਿ ਗਿਆ, ਹੁਣ ਮੈਂ ਬੰਦਾ ਛੋਟਾ ਵਾ ਉਦੋਂ, ਤੇ ਮੇਰੇ ਨਾਲ ਤਾਂ 40-50 ਲਾਵੇਗਾ, ਫਿਰ ਮੈਂ ਕੰਮ ਕਰੂੰ। ਤੇ ਪਰ ਜੇ ਚੱਲਦੇ ਮੋਗੇ ਤੇ ਫਿਰ ਕੋਈ ਰਿਕਾਰਡ ਨੀ ਪੈਂਦੀ, ਫਿਰ ਕੋਈ ਆਵੇ ਕੋਈ ਜਾਵੇ ਕੋਈ ਫਰਕ ਨੀ ਪੈਂਦਾ। ਇਹ ਮੈਂ ਤਾਂ ਬੇਨਤੀ ਕਰੀ ਆ, ਐਨੋ ਟੈਨਸ਼ਨ ਲਿਆ ਕਰੋ, ਕੌਣ ਕਿੱਥੇ ਗਿਆ, ਕਿੱਧਰ ਗਿਆ, ਕੀ ਕਰਨ ਗਿਆ, ਤੁਹਾਡਾ ਗੁਰੂ ਤੁਹਾਡੇ ਗੁਰੂ ਸਥਾਨ ਤੁਹਾਡਾ ਇੱਥੇ ਆ। ਗੁਰੂ ਸਥਾਨ ਨਾ ਜੁੜੋ, ਗੁਰੂ ਸ਼ਬਦ ਨਾ ਜੁੜੋ, ਗੁਰੂ ਦੇ ਬਚਨ ਨਾ ਜੁੜੋ। ਸਤਿਗੁਰ ਕਾ ਜੋ ਬਚਨ ਕਮਾਲ ਹੈ, ਬਚਨ ਨੇਤਰ ਹੀ ਹੁੰਦੇ ਘੰਟੇ ਘੰਟੇ ਬਾਅਦ ਕੋਈ ਤੁਹਾਨੂੰ ਨਹੀਂ ਜਦੋਂ ਇਹ ਕਰਨਾ, ਬਚਨ ਉਹ ਹੀ ਹੁੰਦਾ ਜਦੋਂ ਗੁਰੂ ਸ਼ਬਦ ਦਿੱਤਾ, ਉਹ ਬਚਨ ਹੈ। ਟੁੱਟਣਾ
ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਕਹਿਣਾ ਵੀ ਉਹ ਵੀ ਨਾ ਲੁੱਟਣ। ਇਹ ਪਹੁੰਚਾ ਮੈਂ ਬਹੁਤ ਕੁਛ ਕਹਿੰਦਾ ਹੁੰਦਾ ਇਹਨਾਂ ਨੂੰ ਅੱਜ ਤੋਂ ਇੱਥੋਂ ਅਸਲੀਅਤ ਨੂੰ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਜਿੱਥੇ ਉਹ ਰਹਿਸ਼ ਹੈ ਇੱਥੇ ਜਿਹੜਾ ਇਹ ਸੰਸਥਾ ਦਾ ਮੁਖੀ ਆ ਤੇ ਰਹਿੰਦਾ ਵਾ ਉੱਥੇ ਤੁਹਾਨੂੰ ਪਤਾ ਹੀ ਆ ਪਹਿਲੇ ਮਹਾਰਾਜ ਇੱਥੇ ਰਹਿੰਦੇ ਹੁੰਦੇ ਸੀ। ਇਹਦੇ ਵੀ ਪੌੜੀਆਂ ਵਾ ਦੋ ਗੇਟ ਵੀ ਹੈ ਉਹਦਾ ਵੀ ਗੇਟ ਹੈ ਗੇਟ ਵਿੱਚ ਕੋਈ ਨਾ ਕੋਈ ਬੰਦਾ ਵੀ ਖੜਾ ਹੁੰਦਾ ਉਹ ਕਈ ਵਾਰੀ ਕਹਿੰਦਾ ਹਜੇ ਟਾਈਮ ਨਹੀਂ ਠਹਿਰ ਕੇ ਆਇਓ ਤੇ ਕਈ ਵਾਰੀ ਕਹਿ ਦਿੰਦਾ ਵੀ ਅੱਜ ਨਹੀਂ ਮਿਲ ਸਕਦੇ ਕਿ ਤੁਸੀਂ ਕੱਲ੍ਹ ਨੂੰ ਆ ਜਾਓ ਅਗਲੇ ਨੂੰ ਕਈ ਵਾਰੀ ਅੰਦਰੋਂ ਵੀ ਪੁੱਛਦਾ ਅਗਲਾ ਬਾਹਰ ਰਹੀ ਆਪਣਾ ਉਹਦੀ ਕਰਦੀ ਡਿਊਟੀ ਆ ਉਹ ਕਈ ਵਾਰੀ ਆਪ ਕਹਿ ਦਿੰਦੇ ਵੀ ਨਹੀਂ ਅੱਜ ਨਹੀਂ ਮਿਲਣਾ ਗਾ ਕੱਲ੍ਹ ਨੂੰ ਆਇਓ ਕਈ ਵਾਰੀ ਮੈਂ ਉਹਨਾਂ ਨੂੰ ਪੁੱਛਦਾ ਮੈਥੋਂ ਤਾਂ ਵੀ ਪੁੱਛਿਆ ਨਹੀਂ ਮੈਂ ਕਹਿੰਦਾ ਸਾਨੂੰ ਪਤਾ ਵੀ ਥੱਕੇ ਹੋਵੋਗੇ ਮੈਂ ਕਿਹਾ ਮੈਂ ਤਾਂ ਵੀਡੀਓ ਦਾ ਹੈ ਠੱਕ ਕਹਿ ਰਿਹਾ ਪਰ ਅਗਲੇ ਨੂੰ ਉਹਨਾਂ ਨੂੰ ਫਿਰ ਕਹਿ ਰਿਹਾ ਵੀ ਸਾਡਾ ਬੰਦਾ ਮੇਨ ਆ ਵੀ ਇਹ ਥੱਕ ਥੁੱਕ ਨਾ ਜਾਵੇ ਪਿਆਰ ਕਰਦੇ ਆ ਕਹਿੰਦੇ ਤੁਸੀਂ ਤੁਸੀਂ ਪਿਆਰ ਕਰਦੇ ਇਹਨਾਂ ਦੱਸੀਦਾ ਬੱਚਿਆਂ ਨੂੰ ਮੈਂ ਕਿਹਾ ਵੀ ਹੋ ਸਕਦਾ ਅੱਜ ਜਿਹੜੀ ਕੋਠੀ 'ਚ ਤੁਸੀਂ ਉਈ ਵੜ ਜਾਂਦੇ ਆ ਨਾ ਅਗਲੇ ਹੁਣ ਦੇਖ ਕੇ ਤੁਹਾਨੂੰ ਗੇਟ ਖੋਲ ਦਿੱਤੇ ਆ ਕਈ ਵਾਰੀ ਹੋ ਸਕਦਾ ਉਹਨਾਂ ਕਹਿੰਦਾ ਰੁਕੋ ਵੀ ਠਹਿਰ ਕੇ ਜਾਇਓ ਪਰ ਗੁਰੂ ਇਸ ਲਈ ਤਾਂ ਮੈਂ ਆਹ ਸ਼ਬਦ ਸੁਣਾਇਆ ਵੀ ਤਰਕਾਰੀ ਦਰ ਅਰਥ ਜਗਾਉਣਾ ਮੁੜ ਕੇ ਆਉਣਾ ਇਹ ਗੁਰੂ ਦੇ ਨਾਲੋਂ ਨਹੀਂ ਮੈਨੂੰ ਬੇਮੁੱਖ ਹੋਇਆ ਆਰਾਮ ਤੇ ਲੱਕਣ ਜਨਮ ਬਜ਼ੁਰਗ ਛਿਨਵੇਂ ਕੌੜੇ ਹੋ ਗਏ ਜਿਤਨੇ ਮਾਇਆ ਇਹ ਮਾਇਆ ਵਾ ਇਹ ਭੋਗ ਆ ਇਹ ਸਵਾਦ ਨੀ ਦਿੰਦੇ ਗੇ ਜੇ ਗੁਰੂ ਨਾ ਟੁੱਟ ਜੇ ਬੰਦਾ ਜਦੋਂ ਤਾਪ ਕੱਢਿਆ ਹੁੰਦਾ ਨਾ ਜਲੇਬੀਆਂ ਦੀ ਕੌੜੀਆਂ ਲੱਗਣ ਲੱਗ ਜਾਂਦੀਆਂ ਰਸ ਉਦੋਂ ਹੀ ਆਉਂਦਾ ਜਦੋਂ ਸ਼ਾਂਤੀ ਹੈ ਸੋ ਇਹ ਮੈਂ ਬੇਨਤੀ ਮੈਂ ਜਿੱਥੇ ਬੈਠਾ ਵਾ ਨਾ ਜਿਹੜੇ ਥਾਂ ਤੇ ਇਹ ਥਾਂ ਤੋਂ ਤੇ ਬਾਪੂ ਦਾ ਵਾ ਬਾਪੂ ਵਾਲੇ ਥਾਂ ਤੇ ਬਹਿ ਕੇ ਬੰਦਾ ਸੁਨੇਹਾ ਬਾਪੂ ਵਾਲਾ ਦੇ ਸਕਦਾ ਉਹਦੀ ਡਿਊਟੀ ਹੈ ਇਹ ਮੈਂ ਤੁਹਾਡੇ ਬਾਪੂ ਵਾਲੇ ਥਾਂ ਤੋਂ ਆਉਣ ਵੀ ਆਉਂਦੇ ਆ ਚਾਰ ਜਵਾਕਾਂ ਨੂੰ ਨੀ ਸੁਨੇਹਾ ਦਿੱਤਾ ਤੁਹਾਡੇ ਸਾਰੀ ਉਹਨਾਂ ਬੱਚੇ ਆ ਆਪਾਂ ਸਾਰੀ ਸੰਗਤ ਗੁਰੂਆਂ ਦੇ ਇਹ ਸਾਰਿਆਂ ਨੂੰ ਸੁਨੇਹਾ ਵਾ ਵੀ ਇਹ ਗੁਰੂ ਮਹਾਰਾਜ ਦੀ ਕਿਰਪਾ ਵਾ ਚੜ੍ਹਦੀ ਕਲਾ ਦਰਿਆ ਕਰੋ ਖੁਸ਼ ਖੁਸ਼ ਰਹੋ ਆਨੰਦ ਮਾਣੋ ਖੁਸ਼ੀਆਂ ਮਾਣੋ ਤੇ ਗੁਰੂ ਮਹਾਰਾਜ ਤੰਦਰੁਸਤੀਆਂ ਰੱਖਣ ਤੇ ਮੈਨੂੰ ਬਹੁਤ ਲੰਬਾ ਸਮਾਂ ਤੁਹਾਡੀ ਸੇਵਾ ਕਰਨ ਦਾ ਸੁਭਾਗ ਮਿਲੇ ਬਹੁਤ ਭਾਗਾਂ ਨਾਲ ਮਿਲਦੀ ਨਾ ਸੇਵਾ ਜਿਹੜੇ ਭਾਗਾਂ ਇਹ ਮਿਲਦੀ ਨੀ ਸੇਵਾ ਨੀ ਮਿਲਦੀ ਭਾਗਾਂ ਨਾਲ ਮਿਲਦੀ ਹੈ ਇਹ ਮਿਲੀ ਹੈ ਇਹਨੂੰ ਮਾਰੀ ਕਿਰਪਾ ਕਰਨਾ ਬਹੁਤ ਲੰਬਾ ਸਮਾਂ ਤੁਹਾਡੀ ਸੇਵਾ ਕਰੀਏ ਕੋਈ ਹੈ ਵੀ ਕੋਈ ਚਾਹਨਾ ਹੋਰ ਵੀ ਇਹ ਸੇਵਾ ਭਾਗਾਂ ਨਾਲ ਮਿਲੀ ਹੈ ਇਹ ਜਿੰਨਾ ਜੀਵਨ ਹੈ ਬਹੁਤ ਮੁਸ਼ਕਲਾਂ ਨਾਲ ਮਿਲਦਾ ਮਨੁੱਖਾ ਜਨਮ ਇਹ ਮਿਲ ਗਿਆ ਤੇ ਸੇਵਾ ਮਿਲ ਗਈ ਬਹੁਤ ਵੱਡੀ ਗੱਲ ਆ ਤੇ ਗੁਰੂ ਕਿਰਪਾ ਕਰਨ ਲੰਬਾ ਜੇ ਰਸੋਂ ਦੀ ਸੇਵਾ ਕਰੀਏ ਤੇ ਇਹ ਮੈਂ ਤਾਂ ਕਿਹਾ ਵੀ ਐਵੇਂ ਨਾ ਕਦੇ ਘਬਰਾ ਜਾਂਦਾ ਇਹ ਬਚਣ ਦਾ ਦੱਸਣੇ ਪੈਂਦੇ ਆ ਹੁਣ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਬਹੁਤ ਛੋਟੀ ਉਮਰ ਚ ਬਾਣੀ ਰਚੀ ਉਹਦੇ ਚ ਮੌਤ ਵਾਰੀ ਬੋਲਦੇ ਰਹੇ ਮਹਾਰਾਜ ਕੀ ਕਹਿੰਦੇ ਕਹਿੰਦੇ ਪਹਿਲੇ ਮਰਨ ਕਬੂਲ ਪਹਿਲੇ ਮਰਨ ਕਬੂਲ ਜੀਵਨ ਕੀ ਛੱਤ ਹਾਂ ਕਹਿੰਦੇ ਆਸਾ ਨਾ ਰੱਖ ਜਮਾਂਦੇ
ਹੋ ਹੈ ਸਭਨਾ ਕੀ ਇੰਨੀ ਨਿਮਰਤਾ ਤਾਂ ਦੇਣ ਕਲਾ ਪਾਵਨ ਨਿਮਰਤਾ ਤਾਂ ਆਓ ਹਮਾਰੇ ਪਾਸ ਕਹਿੰਦੇ ਫੇਰ ਮੇਰੇ ਕੋਲੇ ਆਏਗਾ ਤੇ ਹੁਣ ਉਹਨਾਂ ਦੇ ਕੋਲੇ ਆ ਕੇ ਕਿਉਂ ਭੇਜੇ ਆਪਾਂ ਆ ਕੇ ਨਾ ਇਹ ਬਹੁਤ ਔਖਾ ਗੁਰੂ ਕੋਲੇ ਆਉਣਾ ਆ ਕੇ ਨਾ ਤੇ ਡਟ ਕੇ ਸੇਵਾ ਕਰੋ ਤੇ ਗੁਰੂ ਮਹਾਰਾਜ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਚ ਰਹੋ ਖੁਸ਼ੀਆਂ ਮਾਣੋ ਤੇ ਗੁਰੂ ਜੀ ਰਹਿਮਤਾਂ ਕਰਨ ਕਿਰਪਾ ਕਰਨ ਹੁਣ ਪ੍ਰਸ਼ਾਦ ਲੈਣਾ ਹੁਣ ਪ੍ਰਸ਼ਾਦ ਸਾਰੇ ਬੈਠਿਆਂ ਨੂੰ ਦੇ ਦੋ ਪ੍ਰਸ਼ਾਦ ਫਿਰ ਲੰਗਰ ਦਾ ਪ੍ਰਸ਼ਾਦਾ ਚਾਹ ਪਾਣੀ ਛਕੋ ਸਾਰੀ ਸੰਗਤ ਤੁਹਾਡਾ ਧੰਨਵਾਦ ਹੁਣ ਤੁਸੀਂ ਵੈਸੇ ਐਤਕੀ ਬਹੁਤ ਸੰਗਤਾਂ ਨੇ ਰੱਖਿਆ ਚੰਗਾ ਆਉਂਦੇ ਰਹੇ ਹੋ ਅੱਗੇ ਮੈਨੂੰ ਬੰਦਾ ਵੀ ਮਿਲਦਾ ਹੁੰਦਾ ਸੀਗਾ ਕਹਿੰਦੇ ਜੀ ਸੰਗਤ ਫਿਰ ਤੋਂ ਬਾਅਦ ਚਾਹੁੰਦੀ ਘੱਟ ਹੈ ਆਪਣੇ ਮਹਾਰਾਜ ਇੱਥੇ ਹੀ ਨੇ ਕਦੇ ਨੀ ਗਏ ਗਏ ਗੁਰੂ ਇੱਥੇ ਆਪਣੇ ਆਓ ਜੋ ਮੰਗਿਆ ਠਾਕਰ ਆਪਣੇ ਤੇ ਜੋ ਮੰਗੋਗੇ ਮਿਲ ਜਾਊਗਾ ਮੈਂ ਤਾਂ ਹੋ ਸਕਦਾ ਮਾੜੀ ਮੋਟੀ ਘੋੜ ਕਰਾਂ ਉਹਨਾਂ ਨੇ ਘੋੜ ਥੋੜ ਕਰਨੀ ਹੈ ਦੇ ਦੇਣਾ ਸੋ ਇਸ ਲਈ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਤੇ ਫਿਰ ਇੱਕ ਵਾਰ ਸਾਰੀ ਇੰਗਲੈਂਡ ਕਨੇਡਾ ਅਮਰੀਕਾ ਸਾਰੀਆਂ ਸੰਗਤਾਂ ਵੱਲੋਂ ਤੁਹਾਨੂੰ ਗੁਰਫਤਿਹ ਤੇ ਦਾਸ ਵੱਲੋਂ ਗੁਰਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਖੁਸ਼ ਰਹੋ ਅੱਜ ਮੈਂ ਇੱਕ ਬੰਦੇ ਨਾਲ ਗੱਲ ਕਰੀ ਉਹ ਮੈਨੂੰ ਕਹਿੰਦਾ ਕਹਿੰਦਾ ਜੀ ਇੱਕ ਕੰਮ ਮੇਰਾ ਕਰੋ ਮੈਂ ਕਿਹਾ ਦੱਸ ਕਹਿੰਦਾ ਵੀ ਇੱਕ ਕਿਵੇਂ ਸੰਗਤ ਵਿੱਚ ਜਕਾਰਾ ਜ਼ਰੂਰ ਛੱਡਿਓ ਮੈਂ ਕਿਹਾ ਸੱਤ ਵਜੇ ਵੀ ਤੇਰੀ ਗੱਲ ਜ਼ਰੂਰ ਮੰਨਾਂਗੇ ਤੇ ਹੁਣ ਆਪਾਂ ਕਿ ਜਕਾਰਾ ਛੱਡਣਾ ਉਹ ਸਾਡਾ ਸਿੰਘ ਆ ਉਹ ਮੈਨੂੰ ਕਹਿੰਦਾ ਜਕਾਰਾ ਜ਼ਰੂਰ ਛੱਡਿਓ ਜੀ ਮੈਂ